ਜਿਹਨੂੰ ਸੱਟ ਇਸ਼ਕ ਦੀ ਵੱਜੇ ਵੀਰ ਮੇਰਿਆਂ ਵਿੱਚ ਜੁਗਣੀ ਕਹਿੰਦੀ ਆ ਅਤੇ ਉਹ ਨਾਮ ਅਲੀ ਦਾ ਲੈਂਦੀ ਹੈ। ਉਹ ਸ਼ਖਸੀਅਤ ਜਿਸ ਨੇ ਸਾਦਗੀ ਦੇ ਨਾਲ ਸਹਿ ਸੁਭਾਈ ਇੱਕ ਇਹੋ ਜਿਹੀ ਵਣਗੀ ਇਜਾਦ ਕਰ ਦਿੱਤੀ ਜੋ ਉਹਨਾਂ ਦੇ ਨਾਮ ਨਾਲ ਪੂਰੀ ਦੁਨੀਆ ਦੇ ਵਿੱਚ ਪ੍ਰਭਾਸ਼ਿਤ ਹੋਈ। ਗੁਰਮੀਤ ਬਾਵਾ ਜੀ ਐਸੀ ਹੇਕ ਲਾਈ ਇਹਨੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਉਸਨੇ ਪੂਰੀ ਦੁਨੀਆ 'ਚ ਉਸ ਹੇਕ ਨੇ ਪੂਰੀ ਦੁਨੀਆ 'ਚ ਇੱਕ ਲੋਕ ਗੀਤਾਂ ਦੀ ਇੱਕ ਵੱਖਰੀ ਵਣਗੀ ਪੈਦਾ ਕੀਤੀ। ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਸਾਡੇ ਘਰ ਤਸ਼ਰੀਫ ਲਿਆਇਆ ਸਾਡੇ ਸਾਰਿਆਂ ਵੱਲੋਂ ਜੀ ਆਇਆ ਕਿ ਮੰਚ ਦੇ ਉੱਤੇ ਰਵਿੰਦਰ ਜੀ ਰਾਜੀ ਜੀ ਔਰ ਹਰਭਜਨ ਸਾਹਿਬ ਬਾਕਾਇਦਗੀ ਦੇ ਨਾਲ ਗੁਰਮੀਤ ਬਾਵਾ ਜੀ ਨੂੰ ਲੈ ਕੇ ਆਉਣ ਮੰਚ ਦੇ ਉੱਤੇ। ਅਬਰ ਕੀ ਜ਼ਦ ਮੇਂ ਸਿਤਾਰਾ ਨਹੀਂ ਦੇਖਾ ਜਾਤਾ, ਯੇ ਤੇਰੇ ਚਿਹਰੇ ਕੀ ਚਮਕ ਥੀ ਕਿ ਮੁੜ ਕੇ ਦੇਖਾ, ਵਰਨਾ ਸੂਰਜ ਕੋ ਮੁੜ ਕੇ ਦੁਬਾਰਾ ਨਹੀਂ ਦੇਖਾ ਜਾਤਾ। ਸੋ ਇੰਨੀ ਚਮਕ ਹੈ ਹਜ਼ਾਰਾਂ ਸੂਰਜਾਂ ਦੀ ਗੁਰਮੀਤ ਬਾਵਾ ਦਾ ਐਡਾ ਵੱਡਾ ਨਾਮ। ਅੱਜ ਦੇ ਇਸ ਸਮਾਗਮ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਔਰ ਇਹ ਪਹਿਲਾ ਉਪਰਾਲਾ ਜਿਹੜਾ ਇਹ ਕੀਤਾ ਗਿਆ ਵਾ ਬਹੁਤ ਹੀ ਅੱਛਾ ਹੈ। ਇਹਦੇ ਵਿੱਚ ਹੋ ਸਕਦਾ ਹੈ, ਮੈਨੂੰ ਲੱਗਦਾ ਕਿ ਕੁਝ ਵਿਰਾਸਤ ਬਚ ਜਾਏਗੀ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਥੇ ਸਾਰਿਆਂ ਲੋਕਾਂ ਦਾ ਦੇ ਰੂਬਰੂ ਮੈਨੂੰ ਕਰਾਇਆ ਕਿ ਮੈਂ ਬਹੁਤ ਮਮੋਲੀ ਜੀ ਕਲਾਕਾਰ ਹਾਂ। ਔਰ ਮੈਂ ਜਦੋਂ ਵੀ ਗਾਉਂਦੀ ਹਾਂ ਮੈਂ ਇਹੀ ਕਹਿੰਦੀ ਹਾਂ ਕਿ ਮੇਰਾ ਮੁਝਬੇ ਕਿਛ ਨਹੀਂ ਜੋ ਕਿਸੇ ਹੈ ਸੋ ਤੇਰਾ ਤੇਰਾ ਜੋ ਸੌਂਪ ਕੇ ਕਿਆ ਲਾਗੇ ਮੇਰਾ ਪੇਸ਼ ਕਰਨ ਲੱਗੀ ਹਾਂ। ਮੈਂ ਫਰਮਾਇਆ ਸੀ ਕਿ ਦੋ ਬੋਲ ਕਹਾਰੋ ਦੇ ਹੀ ਸੁਣਾਓ ਕਿਉਂਕਿ ਇਹਦੀ ਵੀਡੀਓ ਬਣ ਚੁੱਕੀ ਆ, ਇਹ ਬਹੁਤ ਛੇਤੀ ਮੈਂ ਇੱਥੇ ਪਹੁੰਚਾ ਦੇਵਾਂਗੀ। ਔਰ ਮੇਰੇ ਵੀਰ ਮੇਰਾ ਬੱਚਾ ਹਰਭਜਨ ਮਾਨ ਉਹਦੇ ਬੋਲ ਮੈਂ ਕਹਿਣ ਲੱਗੀ ਹਾਂ ਕਿ ਉਹ ਕਹਿੰਦੇ ਜੁਗਨੀ ਜ਼ਰੂਰ ਸੁਣਾਓ ਪਰ ਮੇਰੇ ਖਿਆਲ ਅਸੀਂ ਉਹ ਜੁਗਨੀ ਉਹ ਰੱਬ ਦੀ ਜੁਗਨੀ ਗਾਉਂਦੇ। ਇਸ ਗਲੇ ਦੇ ਵਿੱਚੋਂ ਨਿਕਲੀ ਜੁਗਨੀ ਕਦੇ ਨਹੀਂ ਬਣੀ ਉਹੋ ਜਿਹੀ ਜੁਗਨੀ ਅਤੇ ਇਸ ਗਲੇ ਦੇ ਵਿੱਚ ਪਹਿਲੀ ਵਾਰੀ ਕਦੇ ਜੁਗਨੀ ਦੇਖੀ ਹੈ। ਜ਼ੋਰਦਾਰ ਤਾੜੀਆਂ ਮਾਤਾ ਦੀ। ਦੋ ਬੋਲ ਮੈਂ ਜਿਹੜੇ ਮੈਨੂੰ ਫਰਮਾਇਸ਼ਾਂ ਆਈਆਂ ਸੀ ਮੈਂ ਉਹ ਕਹਿਣ ਲੱਗੀ। ਹੋ ਪੁੱਤਰ ਸਤਵੀ ਹੋਰ ਸੰਭਾਲ ਦੋ ਉਹਨੂੰ ਮਾਲਾ ਚੁੰਮ ਕਰਾ ਸਕੀ ਕਹਾਰੋ ਡੋਲੀ ਨਾ ਚਾਹੋ ਵੇ ਮੇਰਾ ਬਾਬਲ ਆਇਆ ਨਹੀਂ ਤੇ ਵੀਰਾ ਦੂਰ ਖੜਾ ਰੋ
ਕਿਸੇ ਨੇ ਚੁੱਪ ਕਰਾਇਆ ਨਹੀਂ ਕਹਾਰੋ ਡੋਲੀ ਨਾ ਚਾਇਓ without music. Ho babla saam ke rakhni mere ve bachpan de gudiyan patole rab de naam mainu maaf na kar de mere simandre bol na bole babla ਬਾਬਾ ਜੀ ਨੂੰ ਸਨਮਾਨ ਦੇਣਾ ਜੀ ਕੋਈ ਸਨਮਾਨ ਮੇਰਾ ਖਿਆਲ ਬੱਚਿਆਂ ਨਹੀਂ ਜਿਹੜਾ ਪੰਜਾਬੀ ਨੇ ਅੱਜ ਤੱਕ ਇਹਨਾਂ ਨੂੰ ਨਾਂ ਦਿੱਤਾ ਹੋਵੇ ਕਿਉਂਕਿ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਪੰਜਾਬੀ ਜੋ ਫੋਕ ਗਾਇਕੀ ਹੈ ਜੋ ਸਾਡੀ ਅਸਲ ਵਿਰਾਸਤ ਹੈ ਉਹ ਸਦਾ ਜਿਉਂਦੀ ਰਹੀ ਆ ਅਤੇ ਉਹ ਜਿਉਂਦੀ ਰਹਿਣੀ ਆ ਜਦ ਤੱਕ ਸਾਡੇ ਕੋਲ ਗੁਰਮੀਤ ਬਾਬਾ ਹੋਰੀ ਇਸ ਵਿਰਾਸਤ ਨੂੰ ਬਾਬਾ ਜੀ ਕਹਿ ਰਹੇ ਬਚਾਇਓ ਕਾਰਲ ਮਾਰਕਸ ਨੇ ਕਦੇ ਕਿਹਾ ਸੀ ਕਿ ਮੈਨੂੰ ਆਪਦੇ ਮੌਜੂਦਾ ਦੌਰ ਦੇ ਪੰਜ ਗਾਣੇ ਸੁਣਾ ਦਿਓ ਮੌਜੂਦਾ ਆਪਦੇ ਦੌਰ ਦੇ ਪੰਜ ਗਾਣੇ ਸੁਣਾ ਦਿਓ ਅਤੇ ਤੁਹਾਡੀ ਮੈਂ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਦੱਸ ਸਕਦਾ ਅਤੇ ਅੱਜ ਜੋ ਪੰਜਾਬ ਦਾ ਭਵਿੱਖ ਆ ਜੋ ਯੂਥ ਜਿੱਧਰ ਨੂੰ ਤੁਰਿਆ ਮਾਫ ਕਰਨਾ ਉਹਦੇ ਵਿੱਚ ਸਰਕਾਰਾਂ ਨੂੰ ਵੀ ਗਾਲਾਂ ਅਸੀਂ ਕੱਢਦੇ ਹਾਂ ਉਹਦੇ ਵਿੱਚ ਕਲਾਕਾਰ ਵੀ ਬਰਾਬਰ ਦੇ ਦੋਸ਼ੀ ਹੈ ਇਹ ਕਦੇ ਇਤਿਹਾਸ ਫੈਸਲਾ ਕਰੂਗਾ ਇੱਕ ਤਾਂ ਇਤਿਹਾਸ ਫੈਸਲਾ ਕਰੂ ਕਿ ਅਸੀਂ ਪੰਜਾਬ ਦੇ ਯੂਥ ਨੂੰ ਕਿੱਧਰ ਤੋਰਿਆ ਗਾ ਆਪਦੀ ਸ਼ੋਹਰਤ ਲਈ ਪੰਜਾਬ ਦੇ ਯੂਥ ਨੂੰ ਅਸੀਂ ਕਿਹੜੇ ਰਾਹ ਪਾ ਦਿੱਤਾ ਮਾਲਕ ਕਲਾਕਾਰਾਂ ਨੂੰ ਅਕਲ ਦੇਵੇ ਤੌਫੀਕ ਦੇਵੇ ਕਿ ਆਪਦੀ ਮਾਂ ਦੇ ਨਾਲ ਅਸੀਂ ਗਦਾਰੀ ਨਾ ਕਰੀਏ ਗੁਰਮੀਤ ਬਾਬਾ ਜੀ ਤੁਸੀਂ ਜਿਉਂਦੇ ਹੋ ਪੰਜਾਬੀ ਮਾਂ ਬੋਲੀ ਜਿਉਂਦੀ ਰਹੂਗੀ ਪੰਜਾਬੀ ਲੋਕ ਗਾਇਕੀ ਜਿਉਂਦੀ ਰਹੂਗੀ ਕਿਉਂਕਿ ਪੰਜਾਬੀ ਲੋਕ ਗਾਇਕੀ ਨੂੰ ਮਾਨਣ ਵਾਲੇ ਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਦੇ ਸੋਚ ਸਕਦੇ ਸੀ ਮੈਲਬਰਨ ਦੇ ਵਿੱਚ ਇੱਥੇ ਨੈਗੂਰੀ ਬੈਠੇ ਆ ਲਾਲੀ ਗਿੱਲ ਬੈਠਾ 2009 ਦੇ ਵਿੱਚ ਕਿੰਨੀ ਸਟਰਗਲ ਕਰਕੇ ਪਹਿਲੀ ਵਾਰ ਕਿਸੇ ਪੰਜਾਬੀ ਸਿਨੇਮੇ ਦੇ ਵਿੱਚ ਜੱਗ ਜਿਉਂਦਿਆਂ ਦੇ ਮੇਲੇ ਫਿਲਮ ਵਿਸ਼ਾਲ ਉਰੀ ਬੈਠੇ ਆ ਪਹਿਲੀ ਵਾਰ ਲੱਗੀ ਸੀ ਸਿਨੇਮਿਆਂ ਵਿੱਚ ਅਤੇ ਅੱਜ ਉਸੇ ਮੈਲਬਰਨ ਦੇ ਵਿੱਚ ਐਡਾ ਵੱਡਾ ਅਵਾਰਡ ਹੋ ਰਿਹਾ ਗਿਆ ਸੋ ਇਹਨੂੰ ਸਾਂਭ ਕੇ ਰੱਖਿਓ ਸਾਂਭ ਕੇ ਰੱਖਿਓ ਗੁਰਮੀਤ ਬਾਬਾ ਜੀ ਨੂੰ ਜਿਹੜਾ ਸਨਮਾਨ ਮੇਰੀ ਡਿਊਟੀ ਲਾਈ ਆ ਮੈਂ ਸਮਝਦਾ ਹਰਭਜਨ ਮਾਨ ਦਾ ਕੋਈ ਕੱਦ ਕਾਠ ਨਹੀਂ ਕਿ ਮੈਂ ਇਹਨਾਂ ਨੂੰ ਸਨਮਾਨ ਦੇਵਾਂ ਇਹ ਸਨਮਾਨ ਸਾਰੇ ਤੁਹਾਡੇ ਪੰਜਾਬੀਆਂ ਵੱਲੋਂ ਆ ਮੈਂ ਤੁਹਾਡੇ ਹੱਥ ਤੁਹਾਡੇ ਹੱਥ ਮੈਂ ਬਣਿਆਂਗਾ ਇਹ ਸਨਮਾਨ ਬਾਬਾ ਜੀ ਨੂੰ ਦੇ ਰਹੇ ਹਾਂ ਜੀ ਇੱਕ ਵਾਰੀ ਫਿਰ ਜ਼ੋਰਦਾਰ ਤਾੜੀ ਵਨ ਐਂਡ ਓਨਲੀ ਗੁਰਮੀਤ ਬਾਬਾ ਜਿਹਨੂੰ ਸੱਟ ਇਸ਼ਕ ਦੀ ਵੱਜੇ ਵੀਰ ਮੇਰੇ ਆਵੇ ਜੁਗਣੀ ਕਹਿੰਦੀ ਆ ਅਤੇ ਉਹ ਨਾਮ ਅਲੀ ਦਾ ਲੈਂਦੀ ਹੈ ਉਹ ਸ਼ਖਸੀਅਤ ਜਿਸ ਨੇ ਸਾਦਗੀ ਦੇ ਨਾਲ ਸਹਿ ਸਭਾਈ ਇੱਕ ਇਹੋ ਜਿਹੀ ਵਣਗੀ ਇਜਾਦ ਕਰ ਦਿੱਤੀ ਜੋ ਉਹਨਾਂ ਦੇ ਨਾਮ ਨਾਲ ਪੂਰੀ ਦੁਨੀਆ ਦੇ ਵਿੱਚ ਪਰਿਭਾਸ਼ਿਤ ਹੋਈ ਗੁਰਮੀਤ ਬਾਵਾ ਜੀ ਐਸੀ ਹੇਕ ਲਾਈ ਇਹਨੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਉਸਨੇ ਪੂਰੀ ਦੁਨੀਆ 'ਚ ਉਸ ਹੇਕ ਨੇ ਪੂਰੀ ਦੁਨੀਆ 'ਚ ਇੱਕ ਲੋਕ ਗੀਤਾਂ ਦੀ ਇੱਕ ਵੱਖਰੀ ਵਣਗੀ ਪੈਦਾ ਕੀਤੀ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਸਾਡੇ ਘਰ ਤਸ਼ਰੀਫ ਲਿਆਇਆ ਸਾਡੇ ਸਾਰਿਆਂ ਵੱਲੋਂ ਜੀ ਆਇਆ ਮੰਚ ਦੇ ਉੱਤੇ ਰਵਿੰਦਰ ਜੀ ਰਾਜੀ ਜੀ ਔਰ ਹਰਭਜਨ ਸਾਹਿਬ ਬਾਕਾਇਦਗੀ ਦੇ ਨਾਲ ਗੁਰਮੀਤ ਬਾਵਾ ਜੀ ਨੂੰ ਲੈ ਕੇ ਆਉਣ ਮੰਚ ਦੇ ਉੱਤੇ ਆਇਆ ਨੂੰ ਜੀ ਆਇਆ ਨੂੰ ਜੀ
बाबर की जद में सितारा नहीं देखा जाता, ये तेरे चेहरे की चमक थी कि मुड़ के देखा, वरना सूरज को मुड़ के दोबारा नहीं देखा जाता। सो इन्नी चमक है हजारा सूरजां दी गुरमीत बावा दा एडा वड्डा नाम। अज दे इस समागम दी सारयां नूं बहुत बहुत बधाई। और ए पहला उपराला जिहड़ा कीता गया वा बहुत ही अच्छा है। इहदे विच हो सकदा है, मैनूं लगदा है कि कुछ 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 विरासत बच जाएगी। मैं बहुत बहुत धन्यवाद करती हूँ जिन्होंने इत्थे सारे लोगों का दे रूबरू मैनू कराया कि मैं बहुत मुरली जी कलाकार हाँ। और मैं जो भी गाँनी हाँ मैं यही कहनी है कि मेरा मुझ में किछ नहीं जो किसे है सो तेरा तेरा जो सौंप के क्या लागे मेरा पेश कर लगी है। मैं फरमाया सी कि दो बोल कहारों दे सुनाओ क्योंकि एदी वीडियो बन चुकी है, ये बहुत छेती मैं इत्थे पहुँचा देवांगी। और मेरे वीर मेरा बच्चा हरभजन मान ओदे बोल मैं कहन लगी हाँ कि वह कहते जुगनी जरूर सुनाओ पर रख क्या बात है क्या बात है क्या बात है हले निकली जुगनी कदे नहीं बनी हो जुगनी ते इस गले दे विच पहली बारी कदे जुगनी देखी है। जोरदार ताड़ियां माता दी। दो बोल मैं जेड़े मैनू फरमाइश आईया सी मैं कह लगी हो पुत्र सतवी होर संभाल दो दे बाबला पुत्र सतवी होर संभाल दो हाय पुत्र सतवी होर संभाल दो माना चुप करा सकी कहाँ रो डोली ना चायो वे मेरा बाबले आया नहीं ते वीरा दूर खड़ा रो वे किसे ने चुप कराया नहीं कहाँ रो डोली ना चायो हो बाबला साम के रखनी मेरे दे बचपन दे गुड़िया पटोले रब दे नावे मैनु माफ ना कर दे वे ऐसी मंदरे बोल ना बोले तेरी
ਅੱਜ ਹੰਡਾਇਆ ਕਹਾਰੋ ਡੋਲੀ ਨਾ ਚਾਇਓ ਵੇ ਮੇਰਾ ਬਾਬਲੀਆ ਬਾਬਾ ਜੀ ਨੂੰ ਸਨਮਾਨ ਦੇਣਾ ਜੀ ਕੋਈ ਸਨਮਾਨ ਮੇਰਾ ਖਿਆਲ ਬੱਚਿਆਂ ਨੇ ਜਿਹੜਾ ਪੰਜਾਬੀਆਂ ਨੇ ਅੱਜ ਤੱਕ ਇਹਨਾਂ ਨੂੰ ਨਾਂ ਦਿੱਤਾ ਹੋਵੇ ਕਿਉਂਕਿ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਪੰਜਾਬੀ ਜੋ ਫੋਕ ਗਾਇਕੀ ਹੈ ਜੋ ਸਾਡੀ ਅਸਲ ਵਿਰਾਸਤ ਹੈ ਉਹ ਸਦਾ ਜਿਉਂਦੀ ਰਹੀ ਆ ਅਤੇ ਉਹ ਜਿਉਂਦੀ ਰਹਿਣੀ ਹੈ ਜਦ ਤੱਕ ਸਾਡੇ ਕੋਲ ਗੁਰਮੀਤ ਬਾਬਾ ਹੋਰੀ ਇਸ ਵਿਰਾਸਤ ਨੂੰ ਬਾਬਾ ਜੀ ਕਹਿ ਰਹੇ ਬਚਾਇਓ ਕਾਰਲ ਮਾਰਕਸ ਨੇ ਕਦੇ ਕਿਹਾ ਸੀ ਕਿ ਮੈਨੂੰ ਆਪਦੇ ਮੌਜੂਦਾ ਦੌਰ ਦੇ ਪੰਜ ਗਾਣੇ ਸੁਣਾ ਦਿਓ ਮੌਜੂਦਾ ਆਪਦੇ ਦੌਰ ਦੇ ਪੰਜ ਗਾਣੇ ਸੁਣਾ ਦਿਓ ਅਤੇ ਤੁਹਾਡੀ ਮੈਂ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਦੱਸ ਸਕਦਾ ਅਤੇ ਅੱਜ ਜੋ ਪੰਜਾਬ ਦਾ ਭਵਿੱਖ ਆ ਜੋ ਯੂਥ ਜਿੱਧਰ ਨੂੰ ਤੁਰਿਆ ਮਾਫ ਕਰਨਾ ਉਹਦੇ ਵਿੱਚ ਸਰਕਾਰਾਂ ਨੂੰ ਵੀ ਗਾਲਾਂ ਅਸੀਂ ਕੱਢਦੇ ਹਾਂ ਉਹਦੇ ਵਿੱਚ ਕਲਾਕਾਰ ਵੀ ਬਰਾਬਰ ਦੇ ਦੋਸ਼ੀ ਹੈ ਇਹ ਕਦੇ ਇਤਿਹਾਸ ਫੈਸਲਾ ਕਰੂਗਾ ਇੱਕ ਤਾਂ ਇਤਿਹਾਸ ਫੈਸਲਾ ਕਰੂ ਕਿ ਅਸੀਂ ਪੰਜਾਬ ਦੇ ਯੂਥ ਨੂੰ ਕਿੱਧਰ ਤੋਰਿਆ ਗਾ ਆਪਦੀ ਸ਼ੋਹਰਤ ਲਈ ਪੰਜਾਬ ਦੇ ਯੂਥ ਨੂੰ ਅਸੀਂ ਕਿਹੜੇ ਰਾਹ ਪਾ ਦਿੱਤਾ ਮਾਲਕ ਕਲਾਕਾਰਾਂ ਨੂੰ ਅਕਲ ਦੇਵੇ ਤੌਫੀਕ ਦੇਵੇ ਕਿ ਆਪਦੀ ਮਾਂ ਦੇ ਨਾਲ ਅਸੀਂ ਗਦਾਰੀ ਨਾ ਕਰੀਏ ਗੁਰਮੀਤ ਬਾਬਾ ਜੀ ਤੁਸੀਂ ਜਿਉਂਦੇ ਹੋ ਪੰਜਾਬੀ ਮਾਂ ਬੋਲੀ ਜਿਉਂਦੀ ਰਹੂਗੀ ਪੰਜਾਬੀ ਲੋਕ ਗਾਇਕੀ ਜਿਉਂਦੀ ਰਹੂਗੀ ਕਿਉਂਕਿ ਪੰਜਾਬੀ ਲੋਕ ਗਾਇਕੀ ਨੂੰ ਮਾਨਣ ਵਾਲੇ ਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਦੇ ਸੋਚ ਸਕਦੇ ਸੀ ਮੈਲਬਰਨ ਦੇ ਵਿੱਚ ਇੱਥੇ ਨੈਗੂਰੀ ਬੈਠੇ ਆ ਲਾਲੀ ਗਿੱਲ ਬੈਠਾ 2009 ਦੇ ਵਿੱਚ ਕਿੰਨੀ ਸਟਰਗਲ ਕਰਕੇ ਪਹਿਲੀ ਵਾਰ ਕਿਸੇ ਪੰਜਾਬੀ ਸਿਨੇਮੇ ਦੇ ਵਿੱਚ ਜੱਗ ਜਿਉਂਦਿਆਂ ਦੇ ਮੇਲੇ ਫਿਲਮ ਵਿਸ਼ਾਲ ਉਰੀ ਬੈਠੇ ਆ ਪਹਿਲੀ ਵਾਰ ਲੱਗੀ ਸੀ ਸਿਨੇਮਿਆਂ ਵਿੱਚ ਅਤੇ ਅੱਜ ਉਸੇ ਮੈਲਬਰਨ ਦੇ ਵਿੱਚ ਐਡਾ ਵੱਡਾ ਅਵਾਰਡ ਹੋ ਰਿਹਾ ਗਾ ਸੋ ਇਹਨੂੰ ਸਾਂਭ ਕੇ ਰੱਖਿਓ ਸਾਂਭ ਕੇ ਰੱਖਿਓ ਗੁਰਮੀਤ ਬਾਬਾ ਜੀ ਨੂੰ ਜਿਹੜਾ ਸਨਮਾਨ ਮੇਰੀ ਡਿਊਟੀ ਲਾਈ ਆ ਮੈਂ ਸਮਝਦਾ ਹਰਭਜਨ ਮਾਨ ਦਾ ਕੋਈ ਕੱਦ ਕਾਠ ਨਹੀਂ ਕਿ ਮੈਂ ਇਹਨਾਂ ਨੂੰ ਸਨਮਾਨ ਦੇਵਾਂ ਇਹ ਸਨਮਾਨ ਸਾਰੇ ਤੁਹਾਡੇ ਪੰਜਾਬੀਆਂ ਵੱਲੋਂ ਆ ਮੈਂ ਤੁਹਾਡੇ ਹੱਥ ਮੈਂ ਬਣਿਆਂਗਾ ਇਹ ਸਨਮਾਨ ਬਾਬਾ ਜੀ ਨੂੰ ਦੇ ਰਹੇ ਹਾਂ ਜੀ ਇੱਕ ਵਾਰੀ ਫਿਰ ਜ਼ੋਰਦਾਰ ਤਾੜੀ ਵਨ ਐਂਡ ਓਨਲੀ ਗੁਰਮੀਤ ਬਾਬਾ